ਇੱਥੇ ਕਿੱਥੇ ਮੋਟਰਸਾਈਕਲ ਆ ਲਿਆ ਜੀ? ਇੱਥੇ ਮੈਂ ਆਪਣੇ ਨਵੇਂ ਸਟੂਡੈਂਟ ਨੂੰ ਮਿਲਣਾ। ਕਿਹੜੇ ਸਟੂਡੈਂਟਸ? ਜਦੋਂ ਤੈਨੂੰ ਭਰਤੀ ਕਰਾਂਗੇ ਨਾ ਫਿਰ ਪਤਾ ਲੱਗੂ ਤੈਨੂੰ। ਚੱਲ ਠੀਕ ਆ ਫਿਰ, ਮੈਂ ਚੱਲਦਾ। ਓਕੇ ਇੱਥੇ ਕਿੱਥੇ ਖਿਲਾਰਤਾ ਜੀ? ਯਾਰ ਇੱਥੇ ਕੋਰ ਅਟੈਂਡੈਂਸ ਲਾਉਣੀ ਆ ਪਹਿਲਾਂ। ਯਾਰ ਤੂੰ ਰੋਜ਼ ਹੀ ਲੇਟ ਕਰਦਾ ਰਹਿੰਦਾ। ਯਾਰ ਰੋਜ਼ ਚੜੀ ਤੇਰੇ ਕਰਕੇ ਬਿਨ ਹੈਗਾ, ਰੋਜ਼ ਹੀ ਲੇਟ ਹੋ ਜਾਂਦੇ ਕਾਲਜ ਤੋਂ। ਉਹ ਮੇਰੇ ਭੁੜਿਆ ਪੁੱਛਿਆ, ਜਦੋਂ ਤੱਕ ਮੈਂ ਇੱਥੇ ਹਾਜ਼ਰੀਆਂ ਲਵਾਵਾਂ ਮੇਰੇ ਕੋਲ ਦੂਜੀਆਂ ਹਾਜ਼ਰੀਆਂ ਨਹੀਂ ਪੂਰੀਆਂ ਹੁੰਦੀਆਂ। ਕਿੱਦਾਂ ਮਿੱਤਰੋ? ਮੇਰਾ ਤਾਂ ਪਹਿਲਾ ਪੀਰੀਅਡ ਕੰਪਲੀਟ ਹੋ ਗਿਆ। ਮੇਰਾ ਸ਼ੇਰ ਹੁਣ ਪਹੁੰਚਿਆ ਬੰਦਾ ਮੰਗਲ ਗ੍ਰਹਿ ਤੇ। Thank you.
ਹੈਲੋ ਬਾਈ। ਓ ਹਾਂ ਮੇਰੇ ਸ਼ੇਰ, ਬਾਈ ਪੰਗਾ ਪੈ ਗਿਆ। ਕੀ ਪੰਗਾ ਪਾਤਾ ਤੂੰ? ਬਾਈ ਮੇਰੀ ਬਹੁਤ ਬੁਰੀ ਹਾਲਤ ਬਾਈ, ਬਾਈ ਮੈਨੂੰ ਕਦੋਂ ਵੀ ਦਵਾਈ ਨਹੀਂ ਮਿਲਦੀ ਬਾਈ, ਬਾਈ ਮੈਨੂੰ ਦਵਾਈ ਲੈ ਦੇ ਬਾਈ, ਬਾਈ ਮੈਨੂੰ ਦਵਾਈ ਲਿਆ ਦੇ ਬਾਈ। ਉਹ ਦਵਾਈ ਤਾਂ ਬਾਈ ਸਰਕਾਰ ਨੇ ਕਰਤੀ ਬੈਨ, ਮੈਂ ਤਾਂ ਸਗੋਂ ਚੰਡੀਗੜ੍ਹ ਤੱਕ ਪਤਾ ਕਰਿਆ ਪਰ ਮੈਨੂੰ ਕਿਤੇ ਨਹੀਂ ਲੱਭੀ। ਪਰ ਲੱਭਦਾ ਲੱਭਦਾ ਇੱਕ ਚੀਜ਼ ਇਹੋ ਜਿਹੀ ਆਈ ਹੈ, ਤੈਨੂੰ ਕੀ ਦੱਸਾਂ। ਉਹ ਕਹਿੰਦੇ ਹੁੰਦੇ ਨਾ, ਉਹਦੇ ਜਾਂਦੇ ਅੰਦਰ ਬੰਦਾ ਜਲੰਧਰ। ਆ ਜਾ ਮੇਰਾ ਵੀਰ, ਇਹਦੀ ਮੈਂ ਇੱਥੇ ਵੇਟ ਕਰਦਾ ਕਾਲਜ ਦੇ ਪਿੱਛੇ। ਆ ਗਿਆ ਬਾਈ, ਆ ਗਿਆ ਬਾਈ, ਮੈਂ ਦੋ ਮਿੰਟ 'ਚ ਆ ਗਿਆ ਬਾਈ, ਆ ਗਿਆ ਬਾਈ। ਪਰ ਇੱਕ ਇਹੋ ਜਿਹੀ ਚੀਜ਼ ਆਈ ਆ ਵੀ ਜਿਹੜੇ ਤੇਰੇ ਸਾਰੇ ਦੁੱਖ ਦਰਦ ਐ ਦੂਰ ਕਰ ਦੂ। ਰੋਨੀ ਬਾਈ ਘਰ ਜਿਹੜੀ ਚੀਜ਼ ਆਈ ਨਹੀਂ ਰੋਨੀ ਬਾਈ, ਕਿਤੇ ਰੋਨੀ ਬਾਈ ਮੈਂ ਉਹ ਤੂੰ ਯਾਰ, ਤੂੰ ਮੇਰਾ ਭਰਾ ਵਾ ਠੀਕ ਹੈ, ਰੋਨੀ ਬਾਈ ਮੇਰਾ ਭਰਾ ਵਾ ਯਾਰ, ਨਹੀਂ ਤੂੰ ਮੇਰਾ ਭਰਾ ਵਾ, ਇਹਦੇ ਵਾਸਤੇ ਤਾਂ ਜਾਣਾ ਇੱਥੇ ਯਾਰ। ਇਹ ਫਿਰ ਗੱਲ ਕਰ ਰੋਨੀ ਬਾਈ। ਆ ਵੇਖ ਤੋਹਫਾ, ਇਹ ਕੀ ਆ? ਇਹ ਤੇਰੇ ਲਈ ਲੈ ਕੇ ਆਇਆ ਮੈਂ ਸਪੈਸ਼ਲ। ਇਹੋ ਯਾਰ ਰੋਨੀ ਬਾਈ ਉਹ ਦਵਾਈ? ਹਾਂ ਇਹ ਤੇਰੇ ਸਾਰੇ ਦੁੱਖ ਦਰਦ ਕਿਉਂ ਦੂਰ ਕਰ ਦੂ। ਰੋਨੀ ਬਾਈ ਜਲਦੀ ਦੇ ਦੇ, ਰੋਨੀ ਬਾਈ ਦੇ ਦੇ ਦੇ। ਰੋਨੀ ਬਾਈ ਮੇਰਾ ਸਰੀਰ ਬਹੁਤ ਦਰਦ ਕਰਦਾ ਰੋਨੀ ਬਾਈ, ਦੋ ਮਿੰਟ ਦੇ ਵਿੱਚ, ਦੋ ਮਿੰਟ ਦੇ ਮੈਨੂੰ ਸੁਣ, ਦੋ ਮਿੰਟ, ਦੋ ਮਿੰਟ ਦੇ ਵਿੱਚ ਤੈਨੂੰ ਜਲੰਧਰ ਪਹੁੰਚਾ, ਦੋ ਮਿੰਟ। ਭੋਲਿਆ ਪੰਛੀਆ, ਇੱਦਾਂ ਨਹੀਂ ਇੱਦਾਂ ਨਹੀਂ ਇੱਦਾਂ ਨਹੀਂ, ਰੁਕ ਜਾ। ਤੇਰੀ ਤੇ ਨਾੜੀ ਬਾਹਰ ਆਉਂਦਾ ਨਾੜੀ ਲੈਣ ਦੀ, ਇੱਕ ਮਿੰਟੇ ਦਾ ਵੀ ਹੱਲ ਹੈਗਾ ਮੇਰੇ ਕੋਲ, ਤੇਰੀ ਗੱਡ ਮਾਰ ਇਹ ਤੇਰੇ ਖੋਲ ਚਿੱਟਾਂ ਰਲ ਜੂ ਜਿਵੇਂ ਕਾਕੇ ਭੋਲਿਆਂ ਦੇ ਦੁੱਧ ਵਿੱਚ ਪਾਉਣ ਵੀਟਾ। ਰੋਨੀ ਬਾਈ ਉਹ ਕਿੱਦਾਂ ਸ਼ੇਰਾ? ਹੈਲੋ ਰੋਨੀ ਬਾਈ ਕਿੱਥੇ?
ਮੈਂ ਤੇ ਮਾਰਕੀਟ ਚ ਰੋਨੀ ਬਾਈ ਮੈਨੂੰ ਨਵੀਂ ਦਵਾਈ ਚਾਹੀਦੀ ਰੋਨੀ ਬਾਈ ਵੇਖ ਬਾਈ ਏਦਾਂ ਆ ਕਿ ਇਹ ਚੀਜ਼ ਹੈਗੀ ਸੋਨੇ ਨਾਲੋਂ ਮਹਿੰਗੀ ਨਾਲੇ ਸਿਆਣੇ ਕਹਿੰਦੇ ਆ ਕਿ ਪੈਸਾ ਆਪਣਿਆਂ ਵਿੱਚ ਫਿੱਕ ਪਵਾ ਦਿੰਦਾ ਤੂੰ ਹੈਗਾ ਆਪਣਾ ਵੀਰ ਮੈਂ ਨਹੀਂ ਚਾਹੁੰਦਾ ਕਿ ਆਪਣੇ ਵਿੱਚ ਫਿੱਕ ਪਵੇ ਜੇ ਤੂੰ ਸਮਾਨ ਦੁਬਾਰਾ ਲਾਉਣਾ ਚਾਹੁੰਦਾ ਹੈ ਤੇ ਪੈਸੇ ਦਾ ਪ੍ਰਬੰਧ ਤੇ ਤੈਨੂੰ ਕਰਨਾ ਹੀ ਪਊ ਬਸ ਰੋਨੀ ਬਾਈ ਮੇਰੇ ਕੋਲ ਪੈਸੇ ਨਹੀਂ ਹੈਗਾ ਰੋਨੀ ਬਾਈ ਕੋਈ ਪੈਸਾ ਨਹੀਂ ਹੈਗਾ ਰੋਨੀ ਬਾਈ ਤੈਨੂੰ ਪਤਾ ਤੂੰ ਆ ਜਾ ਬਸ ਮੈਂ ਅੱਡੇ ਤੇ ਹਾਂ ਬਸ ਤੂੰ ਆ ਜਾ ਆ ਗਿਆ ਰੋਨੀ ਬਾਈ ਮੈਂ ਕਿਤੇ ਖੜਾ ਦੋ ਮਿੰਟ ਆ ਗਿਆ ਚੱਲ ਟਾਈਗਰ ਮਾਰ ਦੇ ਝਪੱਟਾ ਨਾਲੇ ਨਵੇਂ ਸਟੂਡੈਂਟ ਨੂੰ ਦੱਸ ਸ਼ਿਕਾਰ ਕਿੱਦਾਂ ਕਰੀਦਾ ਚੱਲ ਬੰਦੂਕ ਰੋਨੀ ਬਾਈ ਪਾਣੀ ਕਿੱਥੇ ਕੋਲ ਪਹੁੰਚ ਅੱਡੇ ਤੇ ਅੱਡੇ ਤੇ ਪਹੁੰਚ ਮੈਂ ਆਇਆ ਪਰ ਇੱਕ ਗੱਲ ਪੂਰਾ ਨਹੀਂ ਲਾਉਣਾ ਠੀਕ ਆ ਚੱਲ ਮੇਰਾ ਰੋਨੀ ਬਾਈ ਪਾਣੀ ਚ ਕੋਲ ਪਾਣੀ ਕਿੱਥੇ Thank you.
ਹੱਸਦਾ ਵੱਸਦਾ ਪੰਜਾਬ ਸਾਡਾ, ਨਸ਼ਿਆਂ ਨੇ ਉਜਾੜ ਦਿੱਤਾ, ਮਾਂ ਦੀ ਕੁੱਖ ਚੋਂ ਲਿਆ ਸੀ ਜਨਮ ਤੇ ਸਿਵਿਆਂ ਦੇ ਵਿੱਚ ਸਾੜ ਦਿੱਤਾ। ਪੰਜਾਬ ਸਰਕਾਰ ਵੱਲੋਂ ਡਰੱਗ ਅਬਿਊਜ਼ ਪ੍ਰੀਵੈਂਸ਼ਨ ਜਿਹੜਾ ਪ੍ਰੋਗਰਾਮ ਚਲਾਇਆ ਜਾ ਰਿਹਾ, ਉਹਦੀ 23 ਤਰੀਕ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸਾਰੇ ਨੌਜਵਾਨਾਂ ਨੂੰ ਇੱਕ ਸਹੁੰ ਚੁਕਾਈ ਜਾਣੀ ਹੈ ਕਿ ਆਪਾਂ ਨਸ਼ਿਆਂ ਤੋਂ ਤੌਬਾ ਕਰਨੀ ਹੈ। ਔਰ ਜਿਹੜਾ ਇਹ ਇੱਕ ਬਹੁਤ ਘਿਨੌਣਾ ਜਿਹੜੀ ਇੱਕ ਸਾਡੇ ਅਲਾਮਤ ਜਿਹੜੀ ਪੰਜਾਬ ਦੇ ਵਿੱਚ ਫੈਲ ਗਈ ਆ, ਉਸ ਨੂੰ ਦੂਰ ਕਰਨ ਦੇ ਲਈ ਸਾਨੂੰ, ਮੈਂ ਸਾਰੇ ਸਮਾਜ ਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਅਪੀਲ ਕਰਦਾ ਕਿ ਸਾਰੇ ਆਪਣਾ ਯੋਗਦਾਨ ਪਾਓ। ਨਸ਼ਾ ਜਿਹੜਾ ਅੱਜ ਕੱਲ੍ਹ ਸਾਡੇ ਜਵਾਨਾਂ ਨੂੰ ਜਿਹੜਾ ਨਸ਼ਾ ਲੱਗਾ ਵਾ, ਉਹਦਾ ਮੁੱਖ ਕਾਰਨ ਇੱਕ ਬੇਰੁਜ਼ਗਾਰੀ ਵੀ ਆ, ਪੰਜਾਬ ਵਿੱਚ ਗਰਾਊਂਡਾਂ ਦਾ ਨਾ ਹੋਣਾ ਵੀ ਨਸ਼ੇ ਦੀ ਇੱਕ ਬਹੁਤ ਵੱਡੀ ਆਦਤ ਜੋ ਲੜਕਿਆਂ ਨੂੰ ਪੈ ਰਹੀ ਆ। ਮੇਨ ਜਿਹੜੀ ਇਹ ਆਦਤ ਆ ਸੁਸਾਇਟੀ 'ਤੇ ਨਿਰਭਰ ਕਰਦੀ ਹੈ। ਇਸ ਨਸ਼ੇ ਦੇ ਨਾਲ ਜਿਹੜੀ ਜਵਾਨ ਪੰਜਾਬ ਦੀ ਜਵਾਨੀ ਜਿਹੜੀ ਸਾਡੀ ਖਤਮ ਹੋ ਰਹੀ ਹੈ, ਇਸ ਬਾਰੇ ਸਾਰੇ ਪੰਜਾਬ ਦੇ ਸਮਾਜ ਨੂੰ ਇੱਕਜੁੱਟ ਹੋਣਾ ਪਏਗਾ, ਤਾਂ ਹੀ ਇਹ ਨਸ਼ਿਆਂ ਦਾ ਜਿਹੜਾ ਇਹ ਜੀਵਾ ਦਰਿਆ ਖਤਮ ਹੋਏਗਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਹੁਲ ਦੇਵਗਨ ਆ। ਸਾਡਾ ਯੂਟਿਊਬ ਦਾ ਚੈਨਲ ਆ ਵਰਲਡ ਵਾਈਡ ਪ੍ਰੋਡਕਸ਼ਨ। ਸਾਡੀ ਪਹਿਲਾਂ ਵੀ ਇੱਕ ਸ਼ੋਰਟ ਮੂਵੀ ਆ ਚੁੱਕੀ ਆ ਜਿਹਦਾ ਨਾਮ ਸੀ ਅਸਲ ਜ਼ਰੂਰਤ, ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ। ਹੁਣ ਸਾਡੀ ਨੈਕਸਟ ਸ਼ੋਰਟ ਮੂਵੀ ਆ ਰਹੀ ਆ ਡਾਕੂਮੈਂਟਰੀ ਵਿੱਚ ਇਹਦਾ ਨਸ਼ਿਆਂ ਦੇ, ਉਹ ਸਾਨੂੰ ਹਰੀਸ਼ ਬੱਬਲ ਜੀ ਨੇ ਪ੍ਰੋਜੈਕਟ ਦਿੱਤਾ ਸੀ ਵੀ ਇਹਦੇ ਸ਼ੋਰਟ ਮੂਵੀ ਬਣਾਓ ਨਸ਼ਿਆਂ ਦੇ, ਉਹਦੇ ਰਿਲੇਟਡ ਹਰੀਸ਼ ਭਾਅ ਜੀ ਕੋ ਮੈਸੇਜ ਲੈਣਾ ਹੈ। ਪਲੀਜ਼ ਹਰੀਸ਼ ਭਾਅ ਜੀ। ਜਿਸ ਤਰ੍ਹਾਂ ਸੇ ਆਜ ਹਮਾਰੇ ਦੇਸ਼ ਮੇਂ ਯੁਵਾਓਂ ਕਾ ਨਸ਼ੇ ਕੀ ਤਰਫ ਰੁਝਾਨ ਬਟ ਰਹਾ ਹੈ, ਵਹਿ ਵਾਕਿਆ ਹੀ ਚਿੰਤਾ ਕਾ ਵਿਸ਼ੇ ਹੈ। ਵਹਿ ਯੁਵਾ ਜਿਸੇ ਹਮ ਆਪਣੇ ਦੇਸ਼ ਕੀ ਸ਼ਕਤੀ ਮਾਨਤੇ ਹੈ, ਵਹਿ ਯੁਵਾ ਜਿਸ ਜੋ ਹਮਾਰੇ ਦੇਸ਼ ਕਾ ਉਜਵਲ ਵਿਸ਼ ਹੈ, ਆਜ ਉਸੇ ਨਸ਼ੇ ਕੇ ਕੀੜੇ ਨੇ ਐਸੇ ਜਕੜ ਲਿਆ ਹੈ ਜੈਸੇ ਸ਼ਿਕਾਰੀ ਆਪਣੇ ਸ਼ਿਕਾਰ ਕੋ ਜਕੜਤਾ ਹੈ, ਔਰ ਯੇ ਕੀੜਾ ਐਸਾ ਕੀੜਾ ਹੈ ਜੋ ਮਰਨੇ ਕੇ ਬਾਅਦ ਹੀ ਵਿਅਕਤੀ ਕੋ ਛੋੜਤਾ ਹੈ।